ਇਹ ਪੰਜਾਬ ਨੇ ਜਦੋਂ ਵੀ ਇਸ ਦੇਸ਼ ਤੇ ਬਾਹਰੋਂ ਧਾੜਵੀਆਂ ਨੇ ਹਮਲੇ ਕੀਤੇ, ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਮੂੰਹ ਤੋੜ ਕੇ ਜਵਾਬ ਦਿੱਤੇ। ਇੱਥੋਂ ਦੀਆਂ ਮਾਵਾਂ ਨੇ ਸੂਰਵੀਰ ਯੋਧਿਆਂ ਨੂੰ ਜਨਮ ਦਿੱਤੇ। ਤੁਸੀਂ ਸਾਰੇ ਜਣੇ ਅਰਦਾਸ ਕਰਿਓ, ਇਹ ਪੰਜਾਬ ਇਸੇ ਤਰ੍ਹਾਂ ਹੱਸਦਾ ਵਸਦਾ ਗਾਉਂਦਾ ਰਹੇ, ਹੱਸਦਾ ਵਸਦਾ ਗਾਉਂਦਾ ਰਹੇ, ਹੱਸਦਾ ਵਸਦਾ ਗਾਉਂਦਾ ਰਹੇ। ਗਲਤੀ ਹੋ ਗਈ ਬਾਪੂ ਜੀ, ਉਹ ਜੱਗੀ ਅੱਗੇ ਤੋਂ ਦੱਸ ਦਿਆ ਕਰ ਪੁੱਤ, ਘਰੇ ਸੁਨੇਹਾ ਦੇ ਦੀਦਾ ਹੁੰਦਾ, ਚੱਲ ਤੂੰ ਐਂ ਕਰ, ਇਹਨਾਂ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਕੇ ਸਕੂਲ ਛੱਡ ਗਿਆ। ਉਹ ਬਾਪੂ ਜੀ ਬੇਟੇ ਜੀ ਤੁਸੀਂ ਫਿਕਰ ਨਾ ਕਰਿਆ ਕਰੋ, ਬੇਬੇ ਐਂ ਕਰੋ ਤੁਸੀਂ ਰੋਟੀ ਤਿਆਰ ਕਰ ਦਿਓ ਤੇ ਮੈਂ ਬੱਚਿਆਂ ਨੂੰ ਤਿਆਰ ਕਰ ਦੇਵਾਂ। ਠੀਕ ਹੈ ਜੱਗੀ, ਤੂੰ ਤਿਆਰ ਕਰ ਇਹਨਾਂ ਨੂੰ, ਮੇਰੇ ਪੁੱਤਰ ਹੁਣ ਸੁੱਖ ਦਾ ਸਾਹ ਆਇਆ, ਜੱਗੀ ਆ ਗਿਆ ਘਰੇ। ਉਹ ਮੈਨੂੰ ਤਾਂ ਰਾਤ ਦਾ ਫਿਕਰ ਹੋਇਆ ਹੋਇਆ ਸੀ ਵੀ ਕਿਤੇ ਅਜੇ ਤਾਂ ਬਾਕੀ ਨੌਜਵਾਨ ਨਸ਼ੇ ਕਰਨ ਲੱਗ ਗਏ, ਕਿਤੇ ਸਾਡਾ ਜੱਗੀ ਵੀ, ਰੱਬ ਏਦਾਂ ਦਾ ਦਿਨ ਕਦੇ ਨਾ ਲਿਆਵੇ। ਸਾਡਾ ਜੱਗੀ ਤਾਂ ਬਹੁਤ ਚੰਗਾ ਹੈ, ਸਾਨੂੰ ਤਾਂ ਉਹਦੇ 'ਤੇ ਬਹੁਤ ਮਾਣ ਹੈ। ਸਾਡਾ ਜੱਗੀ ਸਾਡਾ ਬਹੁਤ ਕਹਿਣਾ ਮੰਨਦਾ, ਜੇ ਕਿਤੇ ਜਾਵੇ ਤਾਂ ਸਾਨੂੰ ਦੱਸ ਕੇ ਜਾਂਦਾ, ਪਰ ਕਦੇ ਕਦੇ ਸਾਨੂੰ ਫਿਕਰ ਹੋਣ ਲੱਗ ਜਾਂਦੀ ਵੀ ਜੱਗੀ ਹਾਲੇ ਤੱਕ ਆਇਆ ਨਹੀਂ ਤਾਂ ਹੈ ਕਿੱਥੇ, ਕਿੱਥੇ ਹੈ ਜੱਗੀ, ਕਦੇ ਕਦੇ ਫਿਕਰ ਹੁੰਦੀ। ਪਰ ਜੱਗੀ ਸਾਡਾ ਬਹੁਤ ਚੰਗਾ ਹੈ, ਬਾਕੀ ਨੌਜਵਾਨਾਂ ਵਾਂਗੂ ਨਸ਼ੇ ਨਹੀਂ ਕਰਦਾ, ਸਾਡਾ ਬਹੁਤ ਕਹਿਣਾ ਮੰਨਦਾ, ਸਾਡਾ ਨਾਂ ਰੋਸ਼ਨ ਕਰੂਗਾ, ਇੱਕ ਦਿਨ ਰੋਸ਼ਨ ਕਰੂਗਾ। ਠੀਕ ਹੈ ਬਾਪੂ ਜੀ, ਉਹ ਜੱਗੀ ਹੋ ਗਏ ਤਿਆਰ। ਹਾਂਜੀ ਹਾਂਜੀ, ਚੱਲ ਪੁੱਤਰ ਠੀਕ ਹੈ, ਬੇਬੇ ਮੇਰਾ ਸਕੂਲ ਛੱਡਾ ਵਾ। ਠੀਕ ਹੈ ਜਾਓ ਜਾਓ ਮੇਰੇ ਪੁੱਤਰ, ਪੁੱਤਰਾ ਬਾਂਡਾ ਵਧੀਆ ਨਹੀਂ ਹੈ। ਭਗਵਾਨੇ ਇਹ ਕਰ, ਤੂੰ ਰੋਟੀ ਬਣਾ, ਰੋਟੀ ਖਾ ਕੇ ਮੈਂ ਨਹੀਂ ਕੋਈ ਕੰਮ ਕਰ ਕਰਾਂ।
ਛੱਡਿਆ ਬੱਚਿਆਂ ਨੂੰ? ਹਾਂਜੀ ਬਾਪੂ ਜੀ। ਆਇਆ ਫਿਰ ਇਕੱਠੀ ਪ੍ਰਸ਼ਾਦਾ ਛਕੀਏ। ਅੱਜ ਬਹੁਤ ਦਿਨਾਂ ਬਾਅਦ ਇਕੱਠਿਆਂ ਦਾ ਸਮਾਂ ਲੱਗਿਆ ਪ੍ਰਸ਼ਾਦਾ ਛਕਣ ਦਾ। ਬਾਪੂ ਜੀ ਛਕੋ, ਤੁਸੀਂ ਛਕੋ। ਨਹੀਂ ਜੱਗੀ, ਅਸੀਂ ਇਕੱਠਿਆਂ ਨੇ ਛਕਣਾ। ਲੈ ਪਹਿਲਾਂ ਮੈਂ ਬਾਪੂ ਜੀ ਵੀਡੀਓ ਕਾਲ ਚੱਕੋ। ਲੈ ਜੱਗੀ, ਤੂੰ ਮੇਰਾ ਸ਼ੇਰ ਪੁੱਤ ਹੈ, ਤੂੰ ਮੇਰਾ ਕਾਮਾ ਪੁੱਤ ਹੈ। ਐ ਕਰੋ ਬਾਪੂ ਜੀ, ਤੁਸੀਂ ਛਕੋ ਪ੍ਰਸ਼ਾਦਾ ਤੇ ਮੈਂ ਖੇਤਾਂ ਵੱਲ ਗੇੜਾ ਮਾਰਾਂ ਵਾਂ। ਤੂੰ ਜੱਗੀ ਵੀਡੀਓ ਕਾਲ ਚੱਕ। ਅੱਜ ਮੈਂ ਸੋਚਦਾ ਮੈਂ ਜਾ ਕੇ ਆਉਣਾ ਖੇਤਾਂ ਵੱਲ, ਮੈਂ ਕੰਮ ਕਰਕੇ ਆਉਣਾ, ਤੂੰ ਘਰੇ ਆਰਾਮ ਕਰ। ਰਾਤ ਦਾ ਵੀ ਘਰੇ ਨਹੀਂ ਸੀ ਆਇਆ। ਮੈਂ ਜਾ ਕੇ ਆਉਂਦਾ। ਠੀਕ ਹੈ ਜੀ। ਉਹ ਭਾਗਵਾਨ ਨੇ ਉਹ ਮੈਨੂੰ ਕੰਮ ਕਰਦੇ, ਥੋੜਾ ਦੇਰ ਹੋ ਜਾਣੀ, ਅੱਠ ਨੇ ਵੇਲੇ ਆਊਗਾ। ਚੰਗਾ ਜੱਗੀ, ਚੰਗਾ। ਠੀਕ ਹੈ ਬੇਬੇ ਜੀ, ਤੁਸੀਂ ਜਾਓ। ਜੀ ਅੱਜ ਤੂੰ ਜਿਉਂਦੀ ਹੁੰਦੀ ਤਾਂ ਇਹ ਬੱਚੇ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਜਵਾਬ ਨਾ ਕਰਦੇ। ਤੈਨੂੰ ਪਤਾ ਹੁਣੇ ਵੱਡੇ ਹੋ ਗਏ ਨੇ ਤੇ ਨਿੱਤ ਦਿਨ ਤੈਨੂੰ ਮਿਲਣ ਲਈ ਤੜਫਦੇ ਨੇ, ਪਰ ਮੈਂ ਇਹਨਾਂ ਬਾਲਾਂ ਨੂੰ ਕੀ ਦੱਸਾਂ ਕਿ ਹੁਣ ਤੂੰ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਮੈਂ ਕਿੰਨਾ ਕੁ ਝੂਠ ਬੋਲਾਂ ਤੇਰੇ ਜਾਣ ਪਿੱਛੋਂ, ਮੈਂ ਅੰਦਰੋਂ ਅੰਦਰ ਹੀ ਟੁੱਟ ਚੁੱਕਾ ਹਾਂ। ਤੇ ਮੇਰੇ ਬੁੱਢੇ ਮਾਂ ਬਾਪ ਇਹਨਾਂ ਬੱਚਿਆਂ ਦੇ ਭਵਿੱਖ ਬਾਰੇ ਸੋਚਦੇ ਰਹਿੰਦੇ ਨੇ। ਤੈਨੂੰ ਮੈਂ ਇੱਕ ਗੱਲ ਦੱਸਣੀ ਸੀ, ਹੁਣ ਮੈਂ ਕਦੇ ਕਦੇ ਸ਼ਰਾਬ ਪੀ ਲੈਂਦਾ। ਪਰ ਕੀ ਕਰਾਂ ਤੇਰੇ ਯਾਰ ਪਿੱਛੋਂ, ਮੈਂ ਅੰਦਰੋਂ ਅੰਦਰ ਹੀ ਟੁੱਟ ਚੁੱਕਾ ਹਾਂ। ਪਰ ਮੈਨੂੰ ਇਸ ਗੱਲ ਦਾ ਵੀ ਝੋਰਾ ਹੈ, ਜੇ ਬੇਬੇ ਬਾਪੂ ਨੂੰ ਮੇਰੀ ਇਸ ਗੱਲ ਬਾਰੇ ਪਤਾ ਲੱਗ ਗਿਆ ਤਾਂ ਬਹੁਤ ਗੁੱਸਾ ਹੋਣਗੇ। ਮੈਂ ਤਾਂ ਪਾਗਲ ਹਾਂ ਪਾਗਲ, ਉਹ ਮਰ ਮੁੱਕੇ ਚੁੱਕੇ ਵੀ ਕਦੇ ਹੁੰਗਾਰਾ ਭਰਦੇ ਨੇ। ਮੈਂ ਤਾਂ ਹਰ ਦਿਨ ਤੇਰੇ ਨਾਲ ਤੇਰੀ ਫੋਟੋ ਨਾਲ ਗੱਲਾਂ ਕਰਦਾ ਰਹਿੰਦਾ, ਪਰ ਤੂੰ ਕਦੇ ਹੰਗਾਰਾ ਨਹੀਂ ਭਰਿਆ ਤੇ ਨਾ ਕਦੇ ਭਰਨਾ। ਚੱਲ ਚੰਗਾ, ਤੂੰ ਜਿੱਥੇ ਵੀ ਹੈ ਵਾਹਿਗੁਰੂ ਤੈਨੂੰ ਖੁਸ਼ ਰੱਖੇ, ਖੁਸ਼ ਰੱਖੇ। ਮੈਂ ਹੁਣ ਆਰਾਮ ਕਰਦਾ, ਤੂੰ ਗਏ ਵੀ ਕਦੇ ਵਾਪਸ ਨਹੀਂ ਆਉਂਦੇ। ਬੋਲੀ ਨਾ ਮਿਊਟ ਲਾ, ਕਦੇ ਨਹੀਂ ਵਾਪਸ ਆਉਂਦੇ। ਭਾਈ ਮੈਂ ਰਾਤ
ਕੰਮ ਗਿਆ ਸੀ ਤੇ ਉੱਥੇ ਹੋ ਗਏ। ਤੁਸੀਂ ਸ਼ਿਕਰ ਦੁਪਹਿਰੇ ਕਿੱਥੇ ਟੱਕਰਾਂ ਮਾਰੀ ਜਾਂਦੇ? ਲੇਟ ਹੋਇਆ, ਲੇਟ ਸ਼ੀਰੀ ਦਾ ਨੀ ਹੋਇਆ। ਮੈਨੂੰ ਲੱਗਦਾ ਯਾਰ ਤੁਸੀਂ ਪਹਿਲਾਂ ਹੀ ਪੀ ਕੇ ਆਏ। ਖਤਮ ਹੈ ਬੈਟਰੀ ਦੀ ਕਹਿੰਦਾ, ਸਾਰੇ ਕਹਿੰਦੇ ਹੂੰ ਕਹਿੰਦਾ ਇਹ ਤੁਹਾਨੂੰ
ਪਤਾ ਹੀ ਆ ਮੈਂ ਕੀ ਕਹਿਣਾ, ਫਿਰ ਮੇਰੇ ਬੋਲਣ ਦਾ ਕੀ ਫਾਇਦਾ? ਪਤਾ ਹੀ ਆ ਮੈਂ ਇੱਕ ਮਿੰਟ ਰੁਕ ਜਾ, ਫਿਰ ਦੂਜੀ ਵਾਰ ਪਿੰਡ ਵਾਲਿਆਂ ਨੇ ਕਰ ਲਈ ਸਲਾਹ, ਫਿਰ ਪਿੰਡ ਵਾਲੇ ਕਹਿੰਦੇ ਹੁਣ ਅਸੀਂ ਕਵਾਂਗੇ ਨਾ, ਸਾਨੂੰ ਤਾਂ ਪਤਾ ਹੀ ਨਹੀਂ ਕੀ ਕਹਿਣਾ, ਫਿਰ ਆਉਣੀ ਨੂੰ ਚੜਾਇਆ ਕਹਿੰਦਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਮੈਂ ਕੀ ਕਹਿਣਾ, ਕਹਿੰਦੇ ਨਾ ਸਾਨੂੰ ਤਾਂ ਪਤਾ ਹੀ ਨੀ ਕੀ ਕਹਿਣਾ, ਫਿਰ ਦੂਜੀ ਵਾਰ ਕਰ ਲਈ ਉਹਨੀ, ਕਹਿੰਦੇ ਪਿੰਡ ਵਾਲੇ ਵੀ ਤੇਜ ਦੇ ਇਹ ਆਉਣੀ ਤੇਜ ਪਿੰਡ ਵਾਲੇ ਵੀ ਜੇ ਉਹਨੇ ਤਿੰਨ ਕੁ ਮਹੀਨਿਆਂ ਬਾਅਦ ਇੱਕ ਹੋਰ ਪ੍ਰੋਗਰਾਮ ਰਖਾਇਆ, ਪਿੰਡ ਵਾਲੇ ਪਹਿਲਾਂ ਹੀ ਲੱਗ ਗਏ ਮਾਰੂ ਪਿੰਡ ਅੱਧੇ ਉਹਨੀ ਸਲਾਹ ਕਰ ਲਈ, ਕਹਿੰਦੇ ਅੱਧੇ ਕਹਿੰਦੇ ਸਾਨੂੰ ਪਤਾ ਹੈ ਅੱਧੇ ਕਹਿੰਦੇ ਸਾਨੂੰ ਪਤਾ ਨੀ, ਅਮਲੀ ਗਿਆ ਸਟੇਜ ਪਰ ਕਹਿੰਦਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਕੀ ਕਹਿਣਾ, ਅੱਧੇ ਕਹਿੰਦੇ ਸਾਨੂੰ ਪਤਾ ਹੈ ਅੱਧੇ ਕਹਿੰਦੇ ਸਾਨੂੰ ਪਤਾ ਨੀ, ਕਹਿੰਦਾ ਜਿਹੜੇ ਕਹਿੰਦੇ ਸਾਨੂੰ ਪਤਾ ਨੀ ਉਹ ਪਤੇ ਵਾਲੇ ਤਾਂ ਪੁੱਛ ਲਓ ਮੇਰਾ ਛੱਡੋ ਕਿਹੜਾ, ਮੈਂ ਕਹਿੰਦਾ ਤੁਸੀਂ ਵੀ ਕੋਈ ਮੇਰਾ ਛੱਡੋ ਕਿਹੜਾ, ਚਲੋ ਚਲੋ ਸਿਲੰਡਰ ਮੇਰੇ ਕੋਲ ਯਾਰ ਹੈਵੀ ਲਾਇਸੈਂਸ ਨੀ ਹੈਗਾ, ਕੋਈ ਟਰਾਲਾ ਨੀ ਹੈਗਾ, ਮੋਟਰਸਾਈਕਲ ਹੀ ਹੈ, ਚੱਲ ਕਿੱਧਰ ਗਈ ਇੱਕ ਲੱਖ ਤੇ ਤੂੰ ਕਿੱਧਰ
ਭਾਂਡੇ ਵੀ ਚੱਕ ਲੈਣ ਵਾਲੇ ਸਵੇਰ ਦੇ ਪਏ ਨਹੀਂ। ਚੱਲ ਕੋਈ ਨੀ, ਜੱਗੀ ਅੱਜ ਫੇਰ ਵੀ ਨੀ ਆਇਆ। ਉਹ ਜੱਗੀ ਹੈ ਕਿੱਥੇ ਹੈ? ਤੂੰ ਐ ਕਰ, ਚਾਹ ਦਾ ਘੁੱਟ ਬਣਾ ਲੈ ਮੈਨੂੰ। ਉਹਦਾ ਪਤਾ ਨੀ ਕਦੋਂ ਆਉਣਾ, ਅੱਜ ਕੱਲ ਉਹ ਦੱਸਦਾ ਨੀ ਕੁਛ ਵੀ, ਆਪਣੀਆਂ ਮਨ ਮਰਜ਼ੀਆਂ ਕਰਨ ਲੱਗ ਗਿਆ। ਉਹ ਤੂੰ ਐ ਕਰ, ਚਾਹ ਦਾ ਘੁੱਟ ਬਣਾ ਦੇ, ਫਿਰ ਜੇ ਜੱਗੀ ਆ ਗਿਆ ਉਹਨੂੰ ਵੀ ਬਣਾ ਦੇ। ਹੈ ਮੁਸ਼ਕ ਦੀ ਗੱਲ ਹੀ ਆ ਗਈ ਜੱਗੀ। ਹੈ ਉਹ ਤੂੰ ਸ਼ਰਾਬ ਪੀਣ ਲੱਗ ਗਿਆ ਉਹ ਜੱਗੀ? ਉਹ ਨਹੀਂ ਬਾਪੂ ਜੀ, ਮੈਂ ਨੀ ਸ਼ਰਾਬ ਚੂ ਪੀਂਦਾ। ਉਹ ਤੈਨੂੰ ਕੀ ਲੱਗਦਾ, ਉਹ ਸਾਨੂੰ ਕੁਛ ਪਤਾ ਨੀ ਲੱਗਦਾ, ਅਸੀਂ ਅਣਜਾਣ ਹੈ। ਸੰਗਰਾਂਦ ਹੈ, ਤੁਸੀਂ ਐ ਕਰੋ ਗੁਰੂ ਘਰ ਮੱਥਾ ਟੇਕ ਆਓ। ਉਹ ਜੱਗੀ ਅਸੀਂ ਵੀ ਇਹੀ ਸੋਚਦੇ ਸੀ, ਵੀ ਸ਼ਾਮ ਨੂੰ ਗੁਰੂ ਘਰੇ ਮੱਥਾ ਟੇਕ ਕੇ ਆਉਂਦੇ ਆ ਇਕੱਠਾ ਪਰਿਵਾਰ। ਤੂੰ ਐ ਕਰ, ਸਾਡੇ ਨਾਲ ਚੱਲ, ਗੁਰੂ ਘਰੇ ਮੱਥਾ ਟੇਕ ਕੇ ਆਉਂਦੇ ਆ। ਉਹ ਬਾਪੂ ਜੀ ਤੁਸੀਂ ਬੱਚੇ ਨੂੰ ਲੈ ਜਾਓ, ਉਹ ਕੋਈ ਘਰੇ ਵੀ ਚਾਹੀਦਾ। ਚੱਲ ਠੀਕ ਹੈ ਬਸ, ਜਿਵੇਂ ਤੇਰੀ ਮਰਜ਼ੀ, ਤੂੰ ਬੈਠ ਤੇ ਅਸੀਂ ਗੁਰੂ ਘਰੇ ਮੱਥਾ ਟੇਕ ਕੇ ਆਈਏ। ਉਹ ਬੱਚਿਆਂ ਨੂੰ ਵੀ ਲੈ ਚੱਲ ਭਗਵਾਨ ਦੇ ਨਾਲੇ। ਠੀਕ ਹੈ ਜੀ, ਠੀਕ ਹੈ ਜੀ, ਅਸੀਂ ਆਉਂਦੇ ਹਾਂ। ਕਿੱਥੇ ਮਰ ਗਏ, ਅਜੇ ਤੱਕ ਆਏ ਨੀ? ਕਿੱਥੇ ਮਰ ਗਏ ਸੀ? ਮਰ ਕੀ ਕਹੀਦਾ, ਕਹੀਦਾ ਯਾਰ ਛੇਤੀ ਲਿਆਓ, ਮੈਨੂੰ ਬੜੀ ਦੌੜ ਲੱਗੀ ਹੋਈ। ਕਹਿੰਦਾ ਹਾਰ ਗਿਆ ਮੈਂ। ਉਹ ਛੇਤੀ ਲਿਆਓ ਯਾਰ, ਬੇਬੇ ਬਾਪੂ ਗੁਰੂ ਘਰ ਭੇਜੇ ਮੈਂ ਬਹਾਨਾ ਲਗਾ ਕੇ। ਹੋਰ ਕਿਹੜਾ ਚੋਰ ਬਣਦੀ ਹੈ।
ਟੌਰ ਬਣਦੀ ਹੈ ਆ ਦੇਖ ਟੌਰ ਦੀ ਟੌਰ ਤੇ ਲੋਰ ਦੀ ਲੋਰ ਤੇ ਕੰਮ ਜਮਾ ਓਕੇ ਜਿਹੜੀ ਤੂੰ ਕਹਿੰਦਾ ਵੀ ਪਿੱਛੇ ਹੋ ਕੇ ਖੜ ਕਹਿੰਦੇ ਪੁਰਸ਼ ਨੀ ਕੀਤਾ ਬੋਲ ਬੋਲ ਭਾਈ ਜਿਹੜੀ ਤੂੰ ਕਹਿੰਦਾ ਵੀ ਚੋਰ ਦੀ ਚੋਰ ਤੇ ਲੋਰ ਦੀ ਲੋਰ ਮੈਨੂੰ ਮੇਰੇ ਬੁੱਢੜੇ ਮਾਂ ਬਾਪ ਤੇ ਮੇਰੇ ਬੁੱਢੇ ਛੋਟੇ ਦੋ ਜਵਾਕ ਤੇ ਹੁਣ ਤਾਂ ਸੁੱਖ ਨਾਲ ਮੇਰੀ ਧੀ ਵੀ ਬਸ ਬਸ ਮੈਂ ਤੇਰੀ ਸਾਰੀ ਗੱਲ ਸਮਝ ਗਿਆ ਤੇਰੀ ਚਿੰਤਾ ਤਾਂ ਵਾਜਬ ਹੈ ਤੇਰੀ ਚਿੰਤਾ ਦਾ ਮੇਰੇ ਕੋਲ ਇੱਕੋ ਇੱਕ ਹੱਲ ਹੈ ਜੇ ਤੂੰ ਕਹ ਤਾਂ ਮੈਂ ਤੈਨੂੰ ਹੁਣੇ ਦੱਸ ਦਿੰਦਾ ਕੀ ਗੱਲ ਹੈ ਬਾਈ ਇੱਥੇ ਬਸ ਤੂੰ ਘਰੇ ਤਾਂ ਨੀ ਨਹੀਂ ਨਹੀਂ ਉਹ ਤਾਂ ਬਾਹਰ ਗਏ ਐ ਕਰ ਉਰੇ ਆ ਉਰੇ ਆ ਐ ਕਰ ਉਹ ਕੀ ਛੇ ਬਾਈ ਇਹ ਕੁਛ ਨਹੀਂ ਹੈ ਡਰ ਨਾ ਕੋ ਨਹੀਂ ਹੋ ਬਾਈ ਮੈਂ ਤੈਨੂੰ ਸੱਚ ਦੱਸਦਾ ਮੈਂ ਤਾਂ ਯਾਰ ਲੋਕ ਲੋਕ ਕੇ ਬੇਬੀ ਬਾਪੂ ਤੋਂ ਸ਼ਰਾਬ ਪੀਣ ਲੱਗ ਪਿਆ ਤੇ ਮੈਨੂੰ ਤਾਂ ਉਹਦਾ ਡਰ ਰਹਿੰਦਾ ਜੇ ਮੇਰੇ ਬਾਪੂ ਨੂੰ ਪਤਾ ਲੱਗ ਗਿਆ ਬਾਈ ਉਹ ਸ਼ਰਾਬ ਦਾ ਤੇ ਸਾਰਾ ਸਾਪਾ ਕੱਢਣਾ ਆਪਾਂ ਨਾ ਮੁਸ਼ਕਾ ਨੀ ਤੇ ਲੋੜ ਦੀ ਲੋੜ ਪੂਰੀ ਸ਼ੇ ਕੀ ਹੈ
ਸ਼ਾਇਦ ਅਡੀ ਤੈਨੂੰ ਪਤਾ ਲੱਗ ਜੂ। ਬਸ ਤੂੰ ਅੱਗੇ ਤੋਂ ਚਿੰਤਾ ਨਹੀਂ ਕਰਨੀ, ਟੈਨਸ਼ਨ ਨਹੀਂ ਲੈਣੀ, ਮੇਰਾ ਭਾਈ ਬੈਠਾ, ਜਦੋਂ ਮਰਜ਼ੀ ਮੇਰੇ ਵੱਲੇ ਆ ਜੀ। ਠੀਕ ਹੈ ਭਾਈ। ਕਿੱਥੇ ਬੇਬੇ ਬਾਪੂ ਨਾ ਜਾਣ, ਉਹ ਜੱਗੀ ਅੱਜ ਫੇਰ ਨੀ ਕਿਤੇ ਦੇਖਦਾ, ਅੱਜ ਵੀ ਨੀ ਆਇਆ। ਉਹ ਜੱਗੀ ਉਹ ਆ ਪਿਆ, ਉਹ ਜੱਗੀ ਉਹ ਤੂੰ ਆ ਕੇ ਮੈਂ ਪਿਆ, ਉਹ ਜੱਗੀ ਜੱਗੀ ਤੂੰ ਠੀਕ ਤਾਂ ਹੈ ਜੱਗੀ, ਕਿਵੇਂ ਪਿਆ ਸੀ ਸੁਣ ਜਾ ਹੋ ਕੇ। ਬਾਪੂ ਮੈਂ ਠੀਕ ਹਾਂ। ਉਹ ਤੂੰ ਸਾਨੂੰ ਠੀਕ ਨਹੀਂ ਲੱਗਦਾ, ਭਾਗ ਮੰਨੇ ਇਹਨੂੰ ਕਿਸੇ ਡਾਕਟਰ ਨੂੰ ਦਿਖਾ ਲੈਂਦੇ ਹਾਂ। ਸਾਨੂੰ ਕਿਸੇ ਡਾਕਟਰ ਨੂੰ ਦਿਖਾ ਲੈਣਾ ਚਾਹੀਦਾ। ਤੂੰ ਮੈਂ ਵੀ ਇਹੀ ਸੋਚਦਾ। ਉਹ ਜੱਗੀ ਚੱਲ ਤੈਨੂੰ ਕਿਸੇ ਡਾਕਟਰ ਨੂੰ ਦਿਖਾ ਲਈਏ ਪੁੱਤ, ਉਹ ਤੂੰ ਸਾਨੂੰ ਕੁਛ ਝੂਠ ਬੋਲ ਰਿਹਾ। ਉਹ ਬਾਪੂ ਜੀ ਬੇਬੇ ਜੀ ਮੈਂ ਬਿਲਕੁਲ ਠੀਕ ਹਾਂ। ਦੇਖੋ ਉਹ ਜੇ ਤੂੰ ਠੀਕ ਹੁੰਦਾ ਤਾਂ ਐਵੇਂ ਸੁਣ ਜਾ ਹੋਈ ਕਹਿੰਦੇ ਪੈਣਾ ਸੀ। ਬਾਪੂ ਜੀ ਮੈਂ ਠੀਕ ਹਾਂ, ਐਂ ਕਰੋ ਤੁਸੀਂ ਆਰਾਮ ਕਰ ਲਓ, ਮੈਂ ਬਿਲਕੁਲ ਠੀਕ ਹਾਂ, ਤੁਸੀਂ ਮੇਰੀ ਚਿੰਤਾ ਨਾ ਕਰੋ। ਸਾਡਾ ਕਿਹੜਾ ਮੰਦਾ ਅੱਜ ਕੱਲ੍ਹ ਬੇਬੇ। ਬਾਪੂ ਮੈਨੂੰ ਫਿਕਰ ਨਹੀਂ ਲੱਗਦਾ। ਹਾਂਜੀ ਬੇਬੇ ਤੈਨੂੰ ਆਪਣੇ ਪੁੱਤ ਯਕੀਨ ਨਹੀਂ? ਚੱਲ ਬਾਪੂ ਨੂੰ ਲੈ ਜਾ ਬੇਬੇ, ਕੋਈ ਨੂੰ ਰੋਟੀ ਦੇ, ਰੋਟੀ ਦੇ, ਮੈਂ ਆਪੇ ਖਾ ਲੂੰਗਾ ਰੋਟੀ। ਬਾਪੂ ਜੀ ਜਾਓ ਆਰਾਮ ਕਰੋ। ਮੈਂ ਦੇਖੋ ਐਨ ਠੀਕ, ਬਿਲਕੁਲ ਬਿਲਕੁਲ ਠੀਕ ਹਾਂ। ਸ਼ੁਕਰ ਹੈ ਰੱਬਾ ਬਚ ਗਏ, ਮੇਰਾ ਸਰੀਰ ਟੁੱਟੀ ਜਾਂਦਾ, ਕੀ ਕਰਾਂ। ਵਿੱਕੀ ਬਾਈ ਨੂੰ ਫੋਨ ਲਾ ਲਾ। ਹੈਲੋ ਠੀਕ ਹੋ? ਹੈਲੋ ਹੈਲੋ ਹਾਂ ਬਾਈ ਜੱਗੀ ਬੋਲ ਰਿਹਾ। ਹਾਂ ਬੋਲ ਬਾਈ, ਸਮਾਨ ਚਾਹੀਦਾ ਸਰ। ਮਿਲ ਜਾਂਦਾ ਸਮਾਨ? ਹਾਂ ਬਾਈ ਐਂ ਦੱਸ ਤੂੰ ਮਿਲੇਗਾ ਕਿੱਥੇ ਮੈਨੂੰ? ਉਹ ਪਹਿਲਾਂ ਪੈਸੇ ਲੈ ਕੇ ਆਏ ਪੂਰੇ। ਉਹ ਬਾਈ ਪੈਸੇ ਲੈ ਕੇ ਆਊਂਗਾ ਯਾਰ, ਮੇਰਾ ਸਰੀਰ ਟੁੱਟਿਆ ਪਿਆ ਦੇਖ ਬਾਈ, 3 ਸਾਲ ਹੋ ਗਏ ਤੇਰੇ ਕੋਲ ਸਮਾਨ ਲੈਂਦੇ ਨੂੰ, ਉਹ ਕਦੇ ਤੇਰਾ ਕੋਈ ਪੈਸਾ ਰੱਖਿਆ ਵੀ ਹੈ? ਕੋਈ ਨੀ ਕੋਈ ਨੀ, ਐਂ ਦੱਸ ਪਿਛਲੇ ਪੈਸੇ ਪੂਰੇ ਕਰ ਦੇਗਾ? ਉਹ ਬਾਈ ਮੈਂ ਪੈਸੇ ਲੈ ਕੇ ਆਵਾਂਗਾ, ਤੂੰ ਮੈਨੂੰ ਐਂ ਦੱਸ ਤੂੰ ਮਿਲੇਗਾ ਕਿੱਥੇ? ਐਂ ਕਰੀ ਕਰ ਕੱਲਾ ਆਈ ਤੇ ਬੱਸ ਸਟੈਂਡ ਦੇ ਪਿੱਛੇ। ਠੀਕ ਹੈ ਬਾਈ ਠੀਕ ਹੈ। ਸਮਾਨ ਦਾ ਜਗਾੜ ਭੰਗ ਗਿਆ ਤੇ ਹੁਣ ਪੈਸੇ ਪੈਸੇ। ਬਾਪੂ ਜੀ ਬਾਪੂ ਜੀ ਬਾਪੂ ਜੀ ਹਾਂ ਜੱਗੀ ਕੀ ਹੋ ਗਿਆ ਤੈਨੂੰ, ਉਹ ਕੀ ਰੋਲਾ ਪਾਇਆ ਤੂੰ? ਉਹ ਬਾਪੂ ਕੁਝ ਨੀ, ਬਾਪੂ ਮੈਂ ਨਾ ਪੈਸੇ ਚਾਹੀਦੇ ਨੇ। ਉਹ ਪੈਸੇ ਉਹ ਇਸ ਸਮੇਂ ਪੈਸਿਆਂ ਦੀ ਕੀ ਲੋੜ ਪੈ ਗਈ ਮੁੱਕਾ ਤੈਨੂੰ? ਉਹ ਬਾਪੂ ਜੀ ਮੈਨੂੰ ਹੁਣੇ ਹੁਣੇ ਮੇਰੇ ਮਿੱਤਰ ਦਾ ਫੋਨ ਆਇਆ ਤੇ ਉਹਦੀ ਮਾਤਾ ਬਹੁਤ ਬਿਮਾਰ ਹੈ। ਉਹ ਜੱਗੀ
ਉਹ ਨਾ ਝੂਠ ਬੋਲ, ਉਹ ਪਤਾ ਮੈਨੂੰ ਅੱਜ ਕੱਲ੍ਹ ਤੇਰੇ ਦੋਸਤਾਂ ਦਾ ਕੀ ਕਰਦੇ ਨੇ, ਕਿੱਥੇ ਵਰਤਦੇ ਨੇ ਪੈਸੇ। ਉਹ ਬਾਪੂ ਜੀ, ਉਹਦੀ ਮਾਂ ਬਹੁਤ ਬਿਮਾਰ ਹੈ ਤੇ ਉਹ ਵੱਡੇ ਹਸਪਤਾਲ ਦਾਖਲ ਹੈ ਤੇ ਉਹਨੂੰ ਬਹੁਤ ਪੈਸਿਆਂ ਦੀ ਲੋੜ ਹੈ। ਉਹ ਜੱਗੀ, ਜੇ ਤੂੰ ਸੱਚ ਕਹਿੰਦਾ ਤਾਂ ਮੇਰੇ ਕੋਲ ਇੰਨੇ ਕੁ ਪੈਸੇ ਹੈ। ਠੀਕ ਹੈ ਬਾਪੂ, ਮੈਂ ਮਿਲਦਾ ਬਾਪੂ, ਠੀਕ ਹੈ ਮੈਂ ਆ ਗਿਆ, ਠੀਕ ਹੈ ਬਾਪੂ, ਠੀਕ ਹੈ। ਦੇਖ ਭਗਵਾਨ ਨੇ, ਦੇਖ ਪੈਸੇ ਲੈ ਕੇ ਕਿਵੇਂ ਭੱਜ ਗਿਆ। ਹੁਣ ਮੈਨੂੰ ਤਾਂ ਕੁਛ ਨੀ ਸਮਝ ਲੱਗਦੀ, ਅੱਜ ਕੱਲ੍ਹ ਜੱਗੀ ਨੂੰ ਹੋ ਕੇ ਗਿਆ। ਉਹ ਅਸੀਂ ਤਾਂ ਇਹਦੀਆਂ ਸਿਫਤਾਂ ਕਰਦੇ ਸੀ ਕਿ ਬਾਕੀ ਨੌਜਵਾਨ ਨਸ਼ਿਆਂ ਤੇ ਲੱਗੇ ਹੋਏ ਆ, ਸਾਡਾ ਜੱਗੀ ਇੰਨਾ ਚੰਗਾ ਹੈ, ਇੰਨਾ ਚੰਗਾ ਹੈ, ਪਰ ਪਤਾ ਨੀ ਕੀ ਹੋਊ, ਪਤਾ ਨੀ ਕੀ ਹੋਣਾ। ਕੋਈ ਨਾ ਜੀ, ਤੁਸੀਂ ਚਿੰਤਾ ਨਾ ਕਰੋ, ਜੱਗੀ ਸਾਡਾ ਏਦਾਂ ਦਾ ਨਹੀਂ ਹੈ, ਰੱਬ ਸਾਰਾ ਕੁਛ ਠੀਕ ਕਰੂਗਾ, ਤੁਸੀਂ ਆਰਾਮ ਕਰ ਲਓ ਤੇ ਬੱਚੇ ਵੀ ਸੁੱਤੇ ਪਏ। ਆਰਾਮ ਤਾਂ ਕਿੱਥੇ ਹੁੰਦਾ ਹੁਣ, ਤੂੰ ਆਰਾਮ ਕਰ, ਪਿੱਛੇ ਜਾ ਕੇ ਆਰਾਮ ਕਰ ਤੂੰ, ਮੈਨੂੰ ਨਹੀਂ ਆਰਾਮ ਹੁੰਦਾ ਹੁਣ, ਮੈਨੂੰ ਤਾਂ ਬਹੁਤ ਫਿਕਰ ਹੈ। ਉਹ ਮੇਰਾ ਜੱਗੀ ਕਿਤੇ ਉਹੀ ਕੰਮ ਨਾ ਕਰੇ ਜੋ ਬਾਕੀਆਂ ਦੇ ਨੌਜਵਾਨ ਕਰਦੇ। ਉਹ ਜੱਗੀਆ ਕਿੱਥੇ ਨੀਂਦ ਆਉਂਦੀ ਹੁਣ, ਨੀਂਦ ਨਹੀਂ ਆਉਂਦੀ ਹੁਣ, ਮੈਂ ਬਹੁਤ ਚਿੰਤਾ ਜੇ, ਮੈਨੂੰ ਤਾਂ ਮੈਂ ਪਿੱਛੇ ਸੁਣਦਾ ਜਾ ਕੇ। ਬਿਲਕੁਲ ਨੀ, ਪਹਿਲਾਂ ਪੈਸੇ ਤੇ ਫਿਰ ਮਾਲ। ਚੱਕੀ ਬਾਈ, ਤਿੰਨ ਸਾਲ ਹੋ ਗਏ ਤੇਰੇ ਕੋਲ ਸਮਾਨ ਲੈਂਦੇ, ਉਹ ਕਦੇ ਤੇਰੀ ਕੋਈ ਪੰਜੀ ਮੈਂ ਰੱਖੀ ਵੀ ਹੈ, ਮੇਰਾ ਵੀਰ ਬਣ ਗਿਆ, ਮੇਰਾ ਹੁਣ ਤਾਂ ਸਾਥ ਤੇ ਹੋਇਆ। ਲੜੇ ਜੇ ਕੱਢੀ ਜਾਣਾ, ਜੇ ਪੈਸੇ ਨੀ ਤੇ ਮਾਲ ਵੀ ਨੀ, ਪਹਿਲਾਂ ਪੈਸੇ ਤੇ ਫਿਰ ਮਾਲ। ਦੇਖ ਮੇਰਾ ਭਰਾ, ਮੇਰਾ ਵੀਰਾ ਦੇਖ, ਮੇਰਾ ਉਹਦਾ ਸਾਥ ਦੇ, ਮੈਂ ਮਾਰ ਚੱਲਿਆ ਯਾਰ। ਉਹ ਪਰੇ ਹੋ, ਜੇ ਪੈਸੇ ਨਹੀਂ ਤੇ ਘਰੇ ਕੋਈ ਗਹਿਣਾ ਕੱਟਾ ਤੇ ਹੋਣਾ ਹੀ ਆ। ਮੇਰਾ ਉਹਦਾ ਸਾਥ ਦੇ ਬਾਈ, ਜਾਂ ਚਲਾ ਜਾ ਸਾਲੇ ਤੇ ਗੋਲੀ ਮਾਰ ਦੂ ਵਿੱਚੇ। ਬਾਈ ਪੈਸੇ ਦੇ ਦੂੰਗਾ, ਦੇ ਦੂੰਗਾ ਸਾਰੇ ਪੈਸੇ। ਪੈਸੇ ਕਿੰਨੀ ਕੁ ਵਾਰ ਬੇਬੇ ਬਾਪੂ ਤੋਂ ਝੂਠ ਬੋਲ ਬੋਲ ਕੇ ਪੈਸੇ ਲਵਾਂ, ਤੇ ਹੁਣ ਤਾਂ ਮੈਂ ਕੋਈ ਰਿਸ਼ਤੇਦਾਰ ਵੀ ਨਹੀਂ ਛੱਡਿਆ। ਲੱਗਦਾ ਬਾਪੂ ਆਰਾਮ ਕਰਨ ਗਿਆ, ਹੁਣ ਤਾਂ ਮੈਨੂੰ ਕੁਝ ਕਰਨੇ ਪੈਣਾ। ਮੈਂ ਦਾਣੇ ਵੇਚ ਦਿੰਦਾ, ਸੁਣਦੇ ਹੋ ਜੀ, ਕਣਕ ਦੀ ਬੋਰੀ ਪਈ
ਲੱਗੇ ਹਰ ਸਮੇਂ ਕੋਈ ਨਾ ਕੋਈ ਨਵਾਂ ਮੋਬਾਈਲ ਉਹ ਇੱਥੇ ਹੀ ਹੋਣੀ ਦੇਖ ਕੇ ਮੈਂ ਦੇਖ ਲਈ ਕਿ ਸਾਰੇ ਪਾਸੇ ਹੈ ਨਹੀਂ ਉਹ ਕਲਕ ਦੀ ਬੋਰੀ ਕਿੱਥੇ ਗਈ ਮੈਂ ਕੋਲ ਕੋਲ ਕਿਤੇ ਥੋੜਾ ਮੈਂ ਕਿਤੇ ਜੱਗੀ ਆਉ ਜੱਗੀ ਨੇ ਇੱਧਰ ਨਹੀਂ ਜਾ ਕੇ ਵੇਚਦੀ ਕਿਤੇ ਤੇਰੇ ਨਾਲ ਮਰ ਜਾਣਾ ਪੁੱਤਰਾ ਜੇ ਤੂੰ ਹੀ ਕੰਮ ਕਰਨ ਲੱਗਿਆ ਸਾਡੇ ਕੋਲ ਉਹ ਜੱਗੀ ਜੱਗੀ ਨੀ ਏਦਾਂ ਕਰ ਸਕਦਾ ਜੱਗੀ ਕਰ ਤਾਂ ਨੀ ਸਕਦਾ ਏਦਾਂ ਪਰ ਸਾਨੂੰ ਚਿੰਤਾ ਬਹੁਤ ਹੈ ਭਗਵਾਨ ਨੇ ਤੂੰ ਆਰਾਮ ਕਰ ਆਰਾਮ ਕਰ ਤੂੰ ਜਾ ਕੇ ਮੈਂ ਵੀ ਆਰਾਮ ਕਰਨ ਦੀ ਕੋਸ਼ਿਸ਼ ਕਰਦਾ ਕਿੱਥੇ ਨੀਂਦ ਆ ਦੀ ਬੁੱਢੇ ਬਾਪ ਨੂੰ ਛੋਟੇ ਛੋਟੇ ਬੱਚੇ ਹੀ ਨੇ ਕਿੱਥੇ ਜਾਣ ਗਏ ਕਿੱਥੇ ਜੰਮ ਗਏ ਸੀ ਮੈਂ ਆਰਾਮ ਕਰਨ ਦੀ ਕੋਸ਼ਿਸ਼ ਕਰਦਾ ਤੂੰ ਨਾ ਏਦਾਂ ਦੇ ਕੰਮ ਕਰੀ ਪੁੱਤ ਅੱਖ ਨੀ ਲੱਗਦੀ ਹੁਣ ਤਾਂ ਅੱਜ ਕੱਲ ਚਿੰਤਾ ਚ ਸੰਗਤ ਸਮਾਂ ਲੰਘ ਜਾਂਦਾ ਦਿਨ ਵੀ ਲੰਘ ਜਾਂਦੀ ਤੇ ਰਾਤ ਵੀ ਅੱਧੀ ਲੰਘ ਜਾਂਦੀ ਸੁਣ ਦੀ ਕੋਸ਼ਿਸ਼ ਕਰਦਾ Oh.
ਕੀ ਗੱਲ ਹੋ ਗਈ ਤੁਹਾਨੂੰ? ਕੀ ਦੱਸੀਏ, ਸਾਡੇ ਆਪਣੇ ਪੁੱਤ ਨੇ ਸਾਨੂੰ ਘਰੋਂ ਬੇਘਰ ਕਰਤਾ। ਉਹ ਨਸ਼ਿਆਂ ਦੀ ਭੈੜੀ ਆਦਤ ਚ ਪੈ ਗਿਆ। ਬਸ ਬਸ ਬਾਪੂ ਜੀ, ਮੈਂ ਤੁਹਾਡੀ ਸਾਰੀ ਗੱਲ ਸਮਝ ਗਿਆ। ਅੱਜ ਕੱਲ੍ਹ ਇਹ ਪੰਜਾਬ ਦੇ ਹਰ ਤੀਜੇ ਚੌਥੇ ਘਰ ਦੀ ਕਹਾਣੀ ਹੈ। ਜਿਹੜੇ ਮਾਪੇ ਇਹਨਾਂ ਬੱਚਿਆਂ ਨੂੰ ਪਾਲਦੇ ਪੜੋਸਦੇ ਵੱਡੇ ਕਰਦੇ ਆ, ਤੇ ਵੱਡੇ ਹੋ ਕੇ ਸਾਡੀ ਸੇਵਾ ਕਰਨਗੇ, ਤੇ ਜਦੋਂ ਵੱਡੇ ਹੋ ਜਾਂਦੇ ਆ ਤੇ ਇਸ ਤਰ੍ਹਾਂ ਬਜ਼ੁਰਗਾਂ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ ਨੇ, ਤੇ ਦਰ ਦਰ ਦੀਆਂ ਠੋਕਰਾਂ ਬਜ਼ੁਰਗ ਖਾਂਦੇ ਨੇ। ਹਿੱਟ ਲਾਹਣਦਾ ਇਹੋ ਜਿਹੇ ਨੌਜਵਾਨਾਂ ਤੇ ਬੱਚਿਆਂ ਤੇ ਉਹ ਜਿਹੜੇ ਬਜ਼ੁਰਗਾਂ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਦੇ ਨੇ। ਪਰ ਬਜ਼ੁਰਗੋ, ਤੁਸੀਂ ਹੁਣ ਬਿਲਕੁਲ ਚਿੰਤਾ ਨਾ ਕਰਿਓ। ਉਹ ਭਾਈ, ਉਹ ਚਿੰਤਾ ਕਿਉਂ ਨਾ ਕਰੀਏ? ਮੈਂ ਕੀ ਜਵਾਬ ਦੇਵਾਂ ਜਦ ਆਹ ਛੋਟੇ ਛੋਟੇ ਬੱਚੇ ਮੈਥੋਂ ਪੁੱਛਦੇ ਨੇ ਕਿ ਸਾਡਾ ਘਰ ਹੁਣ ਕਿਹੜਾ? ਬਜ਼ੁਰਗੋ, ਬੱਚਿਓ, ਉੱਠੋ ਉੱਠੋ, ਸ਼ਰਮ ਉੱਠੋ। ਬਜ਼ੁਰਗੋ, ਹੁਣ ਤੁਹਾਡਾ ਘਰ ਸੁਪਨਿਆਂ ਦਾ ਘਰ ਹੈ, ਸੁਪਨਿਆਂ ਦਾ ਘਰ ਹੈ, ਸੁਪਨਿਆਂ ਦਾ ਘਰ ਹੈ। ਕੌਮ ਲੇਖੇ ਲੱਗੀ ਨਾ ਜਵਾਨੀ ਕਿਸ ਕੰਮ ਦੀ, ਹੋ ਜਾਣਾ ਮਿੱਟੀ ਨਾ ਨਵੈਸ਼ ਕਰ ਕੰਮ ਦੀ, ਉਹ ਮਾਰੂਥਲ ਬਣ ਜਾਣੀ ਰੌਣਕ ਜਨਾਬ ਦੀ। ਉੱਠ ਕੇ ਜਵਾਨਾ ਪੱਗ ਸਾਂਭ ਲੈ ਪੰਜਾਬ ਦੀ, ਉੱਠ ਕੇ ਜਵਾਨਾ ਪੱਗ ਸਾਂਭ ਲੈ ਪੰਜਾਬ ਦੀ, ਪੱਗ ਸਾਂਭ ਲੈ ਪੰਜਾਬ ਦੀ। ਸ੍ਰੀ ਅਕਾਲ। ਵੀ ਕਿਰਦਾਰ ਜਿਹੜੇ ਵੀਰਾਂ ਨੇ ਇੱਥੇ ਹੁਣੇ ਨਿਭਾਏ ਆ, ਇੱਕ ਉਸ ਮਜ਼ਬੂਰ ਬਾਪ ਦਾ ਕਿਰਦਾਰ ਵੀਰ ਜੀ ਬਹੁਤ ਹੀ ਵਧੀਆ, ਬਹੁਤ ਹੀ ਚੰਗੇ ਤਰੀਕੇ ਨਾਲ। ਸਾਡੀ ਛੋਟੀ ਭੈਣ ਨੇ ਇੱਕ ਬਜ਼ੁਰਗ ਮਾਂ ਦਾ ਕਿਰਦਾਰ, ਬੱਚਿਆਂ ਨੇ ਮਜ਼ਬੂਰ ਬੱਚਿਆਂ ਦਾ ਕਿਰਦਾਰ। ਪਰ ਇਹ ਅੱਜ ਮੈਂ ਆਪਣੇ ਪਰਿਵਾਰ ਨੂੰ ਬੇਨਤੀ ਕਰਨੀ ਚਾਹੁੰਦਾ, ਸਾਡੇ ਬੱਚੇ ਬੱਚੀਆਂ ਬੈਠੇ ਆ, ਸਾਡੀ ਧੀ ਰਾਣੀ ਪਰਮਜੀਤ ਕੌਰ ਬੈਠ ਕੇ ਰੋਣ ਲੱਗ ਗਈ ਦੇਖ ਕੇ, ਕਿਉਂਕਿ ਉਹਦੇ ਘਰ ਚ ਖੁਦ ਬੀਤਿਆ ਸਭ ਕੁਛ, ਉਹਨੇ ਆਪਣੀ ਅੱਖਾਂ ਨਾਲ ਦੇਖਿਆ ਉਹ ਸਭ ਕੁਛ। ਇੱਥੇ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਸਾਡੇ ਬੈਠੇ ਆ ਜਿਨ੍ਹਾਂ ਦੇ ਨਾਲ ਇਹ ਬੀਤਿਆ, ਤੇ ਕੁਛ ਸਾਡੇ ਮੈਂਬਰ ਇੱਦਾਂ ਦੇ ਵੀ ਬੈਠੇ ਇੱਥੇ ਜਿਹੜੇ ਉਸ ਕਿਰਦਾਰ ਦੇ ਵਿੱਚ ਜੱਗੀ ਸੀਗੇ। ਉਹ ਜੱਗੀ ਵਰਗੇ ਵੀਰ ਮੈਂ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਾਂਗਾ, ਉਹਨਾਂ ਨੂੰ ਕੋਈ ਨਸ਼ੇੜੀ ਨਹੀਂ ਕਹਾਂਗੇ, ਉਹ ਵੀ ਬਿਮਾਰ ਨੇ, ਉਹਨਾਂ ਨੂੰ ਬਿਮਾਰ ਕਰਨ ਵਾਲੇ ਲੋਕ ਨੇ ਉਹ ਲੋਕ ਜਿਹੜੇ ਕੋਈ ਚੰਦ ਸਿੱਕਿਆਂ ਦੀ ਖਾਤਰ ਮਾਵਾਂ ਦੇ ਪੁੱਤਾਂ ਨੂੰ ਨਸ਼ਿਆਂ 'ਤੇ ਲਾ ਰਹੇ ਨੇ। ਸਾਡੇ ਸਿਸਟਮ ਦੇ ਵਿੱਚ ਬੈਠੀਆਂ ਕੁਛ ਕਾਲੀਆਂ ਭੇਡਾਂ, ਸਾਰੇ ਮਾੜੇ ਨਹੀਂ ਪਰ ਕੁਛ ਹੈਗੇ ਆ, ਉਹਨਾਂ ਲੋਕਾਂ ਦੀ ਮਿਲੀ ਭੁਗਤ ਨਾਲ ਅੱਜ ਪੰਜਾਬ ਦੇ ਵਿੱਚ ਘਰੋਂ ਘਰ ਅੱਗ ਬਲਦੀ ਪਈ ਆ। ਬੜੇ ਘੱਟ ਘਰ ਰਹਿ ਗਏ ਨੇ ਜਿਨ੍ਹਾਂ ਤੱਕ ਸੇਕ ਨਹੀਂ ਪਹੁੰਚਿਆ। ਵੈਸੇ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਘਰ ਹੋ, ਕਿਸੇ ਨਾ ਕਿਸੇ ਰਿਸ਼ਤੇਦਾਰੀ 'ਚ ਦੋਸਤ ਮਿੱਤਰ ਭੈਣ ਭਰਾ ਦੇ ਘਰ ਦੇ ਵਿੱਚ ਜ਼ਰੂਰ ਅੱਗ ਬਲ ਗਈ ਹੈ। ਇੰਨਾ ਨੁਕਸਾਨ ਤਾਂ ਸਾਡਾ ਉਦੋਂ ਨਹੀਂ ਹੋਇਆ ਸੀ ਜਦੋਂ ਮੁਗਲ ਚੜ੍ਹ ਕੇ ਆਉਂਦੇ ਸੀ,
ਇਹਨਾਂ ਨੁਕਸਾਨ ਤਾਂ ਉਹ ਕਾਲੇ ਦੌਰ ਚ 80 ਦੇ ਦਹਾਕੇ 90 ਦੇ ਦਹਾਕੇ ਚ ਵੀ ਨਹੀਂ ਹੋਇਆ ਸੀ ਜਿੰਨਾ ਅੱਜ ਹੋ ਰਿਹਾ। ਉਦੋਂ ਦੁਸ਼ਮਣ ਸਾਹਮਣੇ ਦੀਂਦਾ ਸੀ, ਅੱਜ ਤਾਂ ਆਪਣਿਆਂ ਨੂੰ ਐਸੇ ਤਰੀਕੇ ਨਾਲ ਦੁਸ਼ਮਣ ਬਣਾਤਾ, ਖੁਦ ਹੀ ਖੁਦ ਨੂੰ ਮਾਰੀ ਜਾਂਦਾ। ਬੜੀ ਸ਼ਲਾਘਾਯੋਗ ਕਦਮ ਆ ਬਲ ਸਾਹੂਪੁਰੀ ਵੀਰ ਦਾ, ਬਹੁਤ ਬਹੁਤ ਸ਼ੁਕਰੀਆ ਸਾਰੀ ਟੀਮ ਦਾ, ਬਹੁਤ ਬਹੁਤ ਧੰਨਵਾਦ ਸਾਰੇ ਕਲਾਕਾਰ ਵੀਰਾਂ ਦਾ, ਬੱਚਿਆਂ ਦਾ, ਭੈਣਾਂ ਦਾ, ਬਹੁਤ ਬਹੁਤ ਸ਼ੁਕਰੀਆ। ਨਾਨਕ ਦੀ ਸੋਚ ਨਾਲੋਂ ਹੋ ਗਏ ਤੁਸੀਂ ਬੇਮੁਖ ਸਾਰੇ, ਇੱਕ ਧੀ ਦੀ ਕੁੱਖੋਂ ਜੰਮ ਕੇ ਦੂਜੀ ਨੂੰ ਕਾਤੋਂ ਮਾਰੇ। ਨਾਨਕ ਦੀ ਸੋਚ ਨਾਲੋਂ ਹੋ ਗਏ ਤੁਸੀਂ ਬੇਮੁਖ ਸਾਰੇ, ਇੱਕ ਧੀ ਦੀ ਕੁੱਖੋਂ ਜੰਮ ਕੇ ਦੂਜੀ ਨੂੰ ਕਾਤੋਂ ਮਾਰੇ। ਮੁੰਡੇ ਦੇ ਜੰਮਣ ਤੇ ਤੂੰ ਮਨਾਵੇ ਬਾਬਲ ਲੋੜੀ, ਤਿਆਣੀ ਧੀ ਨੂੰ ਸਮਝੇ ਕਾਤੋਂ ਵੇ ਤੂੰ ਬੇਲੋੜੀ। ਨਾਨਕ ਦੀ ਸੋਚ ਨਾਲੋਂ ਹੋ ਗਏ ਤੁਸੀਂ ਬੇਮੁਖ ਸਾਰੇ, ਇੱਕ ਧੀ ਦੀ ਕੁੱਖੋਂ ਜੰਮ ਕੇ ਦੂਜੀ ਨੂੰ ਕਾਤੋਂ ਮਾਰੇ। ਅਮੜੀ ਦੇ ਬੂਟੇ ਨਾਲੋਂ ਨਾ ਮੈਨੂੰ ਤੋੜ ਤੂੰ, ਇੱਕ ਵਾਰੀ ਰੱਖ ਲੈ ਬਾਬਲਾ ਪਿਆਰ ਆਪੇ ਲੈ ਲੂੰ। ਮੁੱਖ ਤੇਰਾ ਛੂੰਗੀ ਜਦ ਨੰਨੇ ਮੈਂ ਹੱਥਾਂ ਨਾਲ, ਭੁੱਲ ਜਾਏਗਾ ਦੁੱਖ ਤੂੰ ਸਾਰੇ ਸੀਸਾਂ ਪੀ ਲੈ ਲੂੰ। ਨਾ ਵੇ ਕਿਉਂ ਚੋਰਾ ਮਨ ਨੂੰ ਚੱਕ ਲੂੰ ਤੇਰੇ ਬੋਝ ਸਾਰੇ, ਇੱਕ ਧੀ ਦੀ ਕੁੱਖੋਂ ਜੰਮ ਕੇ ਦੂਜੀ ਨੂੰ ਕਾਤੋਂ ਮਾਰੇ। ਨਾਨਕ ਦੀ ਸੋਚ ਨਾਲੋਂ ਹੋ ਗਏ ਤੁਸੀਂ ਬੇਮੁਖ ਸਾਰੇ, ਇੱਕ ਧੀ ਦੀ ਕੁੱਖੋਂ ਜੰਮ ਕੇ ਦੂਜੀ ਨੂੰ ਕਾਤੋਂ ਮਾਰੇ। ਕਿਸ ਗੱਲੋਂ ਘੱਟ ਹਾਂ ਬਾਬਲਾ ਤੇਰੇ ਮੈਂ ਪੁੱਤਾਂ ਨਾਲੋਂ, ਕਲਪਨਾ ਚਾਵਲਾ ਬਣ ਕੇ ਅੰਬਰਾਂ ਨੂੰ ਹੱਥ ਮਿਲਾਵਾਂ। ਮੋਢੇ ਨਾਲ ਮੋਢਾ ਲਾ ਕੇ ਲੜਦੀ ਹਾਂ ਵਿੱਚ ਫੌਜ ਦੇ, ਉੱਚਾ ਮੈਂ ਤੇਰਾ ਬਾਬਲਾ ਧਰਤੀ ਤੇ ਨਾ ਕਰ ਜਾਵਾਂ। ਦੋਵਾਂ ਵਿੱਚ ਫਰਕ ਨਾ ਕੋਈ, ਰੋਲੇ ਨੇ ਸੋਚ ਦੇ ਸਾਰੇ, ਇੱਕ ਧੀ ਦੀ ਕੁੱਖੋਂ ਜੰਮ ਕੇ ਦੂਜੀ ਨੂੰ ਕਾਤੋਂ ਮਾਰੇ। ਨਾਨਕ ਦੀ ਸੋਚ ਨਾਲੋਂ ਹੋ ਗਏ ਤੁਸੀਂ ਬੇਮੁਖ ਸਾਰੇ, ਇੱਕ ਧੀ ਦੀ ਕੁੱਖੋਂ ਜੰਮ ਕੇ ਦੂਜੀ ਨੂੰ ਕਾਤੋਂ ਮਾਰੇ। ਨਾਨਕ ਦੀ ਸੋਚ ਨਾਲੋਂ ਹੋ ਗਏ ਤੁਸੀਂ ਬੇਮੁਖ ਸਾਰੇ, ਇੱਕ ਧੀ ਦੀ ਕੁੱਖੋਂ ਜੰਮ ਕੇ ਦੂਜੀ ਨੂੰ ਕਾਤੋਂ ਮਾਰੇ, ਦੂਜੀ ਨੂੰ ਕਾਤੋਂ ਮਾਰੇ। ਧੰਨਵਾਦ। ਬਲੇ ਸੋਨੇ ਸਤਿ ਸ਼੍ਰੀ ਅਕਾਲ।